ਪੰਜਾਬ ਦੇ ਵਿੱਚੋਂ ਖਤਮ ਹੋ ਸਕਦਾ ਹੈ ਨਸ਼ਾ ਜੇ ਪੁਲਿਸ ਇਸੇ ਤਰ੍ਹਾਂ ਕਰਦੀ ਰਹੀ ਕਾਰਵਾਈ ਪੁਲਿਸ ਨੇ ਸ਼ੁਰੂ ਕੀਤਾ ਹੋਇਆ ਆਪਰੇਸ਼ਨ ਕਲੀਨ ਇਸ ਦੇ ਤਹਿਤ ਪੁਲਿਸ ਨੇ ਲੰਘੇ ਦਿਨੀਂ ਕਈ ਨਸ਼ੇੜੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਤੇ ਕਈ ਨਸ਼ੇੜੀਆਂ ਨੂੰ ਨਸ਼ੇ ਦੇ ਸਮੇਤ ਗ੍ਰਿਫਤਾਰ ਵੀ ਕੀਤਾ ਹੈ ਇਸੇ ਤਰੀਕੇ ਬਠਿੰਡਾ ਪੁਲਿਸ ਦੇ ਵੱਲੋਂ ਵੀ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀਆਈਏ ਦੀ ਟੀਮ ਦੇ ਪੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਦੇ ਕੋਲੋਂ ਹਿਰੋਇਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੀਆਈਏ ਸਟਾਫ ਦੀ ਟੀਮ ਨੇ ਮੁਖਬਰੀ ਦੇ ਆਧਾਰ 'ਤੇ ਰਾਮਪੂਰਾ ਫੂਲ ਦੇ ਨੇੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 120 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜਿਸ ਦੀ ਕੀਮਤ ਕਰੀਬ 5 ਤੋਂ 6 ਲੱਖ ਹੈ। ਇਸ ਮੁਤਲਕ ਇੰਚਾਰਜ ਇੰਸਪੈਕਟਰ ਪਰਲੋਚਨ ਸਿੰਘ ਨੇ ਦੱਸਿਆ ਕਿ આરોપીਆਂ ਦੀ ਪਛਾਣ ਬਲਵਿੰਦਰ ਸਿੰਘ ਅਤੇ ਜਗਸੀਰ ਸਿੰਘ ਦੇ ਵਜੋਂ ਹੋਈ ਹੈ। ਤੇ ਉਹਨਾਂ ਦੇ ਖਿਲਾਫ ਉਠਾਣਾ ਸਦਰ ਰਾਮਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਤੇ ਸੀਆਈਏ ਦੇ ਇੰਚਾਰਜ ਤਰਲੋਚਨ ਸਿੰਘ ਦਾ ਇਹ ਕਹਿਣਾ ਕਿ ਯੂਰੋਪੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹ ਵੀ ਪਤਾ ਕੀਤਾ ਜਾਵੇਗਾ ਇਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਕਿ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਸੀ ਤੇ ਕਦੋਂ ਤੋਂ ਇਹ ਨਸ਼ਾ ਤੱਕ ਸ਼ਰੀ ਕਰ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਹੋਰ ਕੌਣ-ਕੌਣ ਇਨਵੋਲਵ ਹੈ ਕਿਉਂਕਿ ਜੇਕਰ ਇਹ ਵਿਅਕਤੀਆਂ ਤੋਂ ਨਸ਼ਾ ਬਰਾਮਦ ਹੋਇਆ ਤਾਂ ਸੁਭਾਵੀ ਕਿਹਾ ਕਿ ਇਹ ਨਸ਼ਾ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਹੋਣਗੇ ਤੇ ਅੱਗੇ ਵੀ ਇਹਨਾਂ ਨੇ ਕਿਤੇ ਸਪਲਾਈ ਕਰਨਾ ਹੈ ਪੂਰੀ ਨਸ਼ੇ ਦੀ ਚੈਨ ਬਣੀ ਹੋਈ ਹੈ ਤਾਂ ਹੁਣ ਕੋਸ਼ਿਸ਼ ਪੁਲਿਸ ਦੀ ਇਹ ਹੈ ਕਿ ਇਹ ਚੈਨ ਨੂੰ ਤੋੜਿਆ ਜਾਵੇ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਅਜਾ ਦਿਨ ਬੀਤਦਾ ਹੋਵੇ ਜਦੋਂ ਨਸ਼ੇ ਦੀ ਓਵਰਡੋਜ਼ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਨਾ ਹੁੰਦੀ ਹੋਵੇ ਤਾਂ ਜੇਕਰ ਨਸ਼ੇ ਦੇ ਕਾਰਨ ਘੜ ਉਜੜ ਰਹੇ ਨੇ ਤਾਂ ਉਸ ਦੇ ਪਿੱਛੇ ਇਹੋ ਜਿਹੇ ਵਿਅਕਤੀ ਹੀ ਜ਼ਿੰਮੇਵਾਰ ਨੇ ਜਿਹੜੇ ਨਸ਼ਾ ਤਕਰੀਰ ਕਰਦੇ ਨੇ ਪੁਲਿਸ ਦੀ ਚੌਕਸੀ ਦੇ ਬਾਵਜੂਦ ਵੀ ਪੁਲਿਸ ਨੇ ਨਕੀਲ ਕਾਰਸੀ ਹੋਈ ਹੈ ਨਸ਼ਾ ਤਖਸ਼ਰਾ ਤੇ ਨਸ਼ੇ ਤੇ ਤੇ ਉਸ ਦੇ باوجود ਵੀ ਪੁਲਿਸ ਨੂੰ ਚੱਕਮਾ ਦੇ ਕੇ ਇਹੋ ਜਿਹੇ ਵਿਅਕਤੀ ਨਸ਼ਾ ਤਖਸ਼ਰੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਹੁਣ ਪੁਲਿਸ ਵੀ ਪਿੱਛੇ ਨਹੀਂ ਹੈ ਪੁਲਿਸ ਵੀ ਇਹੋ ਜਿਹੇ ਨਸ਼ਾ ਤਖਸ਼ਰਾ ਨੂੰ ਫੜਨ ਦੇ ਵਿੱਚ ਲੱਗੀ ਹੋਈ ਆ ਇਹਦੇ ਨਸ਼ਾ ਤਖਸ਼ਰ ਵੀ ਫੜੇ ਜਾਂਦੇ ਨੇ ਉਹਨਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਹੁੰਦਾ ਪਰ ਹਜੇ ਪੁਲਿਸ ਦੀ ਕੋਸ਼ਿਸ਼ ਜਾਰੀ ਹੈ ਨਸ਼ੇ ਦੀ ਜੜੀਏ ਚੈਨ ਹੈ ਤੋੜਨੀ ਬਹੁਤ ਜ਼ਰੂਰੀ ਆ ਫੇਰ ਪੰਜਾਬ ਦੁਬਾਰਤੋਂ ਰੰਗਲਾ ਪੰਜਾਬ ਬਣ ਸਕਦਾ ਫੇਰ ਪੰਜਾਬ ਸੋਨੇ ਦੀ ਜੜੀ ਆ ਖਵਾਂ ਦੇ लायक ਹੋਵੇਗਾ ਪਰ ਹਾਲ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਨਸ਼ੇ ਦਾ ਤੇ ਇਸ ਨਸ਼ੇ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਆ ਸੋ ਉਮੀਦ ਇਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਪੰਜਾਬ ਦੇ ਵਿੱਚ ਬਣੀ ਹੈ ਤੇ ਪੰਜਾਬ 'ਚ ਜੇਕਰ ਨਸ਼ਾ ਖਤਮ ਹੋ ਜਾਵੇ ਤਾਂ ਸੋਨੇ ਤੇ ਸੁਆਗਾ ਹੋ ਜਾਵੇਗਾ ਤੇ ਪੁਲਿਸ ਵੀ ਹੁਣ ਇਸੇ ਕੰਮ ਤੇ ਲੱਗੀ ਹੋਈ ਹੈ ਕਿ ਪੰਜਾਬ 'ਚ ਨਸ਼ਾ ਜੜੋਂ ਖਤਮ ਕਰ ਦਿੱਤਾ ਜਾਵੇ। ਪੰਜਾਬ ਦੇ ਵਿੱਚੋਂ ਖਤਮ ਹੋ ਸਕਦਾ ਹੈ ਨਸ਼ਾ ਜੇ ਪੁਲਿਸ ਇਸੇ ਤਰ੍ਹਾਂ ਕਰਦੀ ਰਹੀ ਕਾਰਵਾਈ। ਪੁਲਿਸ ਨੇ ਸ਼ੁਰੂ ਕੀਤਾ ਹੋਇਆ ਆਪਰੇਸ਼ਨ ਕਲੀਨ ਇਸ ਦੇ ਤਹਿਤ ਪੁਲਿਸ ਨੇ ਲੰਘੇ ਦਿਨੀਂ ਕਈ ਨਸ਼ੇੜੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਤੇ ਕਈ ਨਸ਼ੇੜੀਆਂ ਨੂੰ ਨਸ਼ੇ ਦੇ ਸਮੇਤ ਗ੍ਰਿਫਤਾਰ ਵੀ ਕੀਤਾ ਹੈ। ਇਸੇ ਤਰੀਕੇ ਬਠਿੰਡਾ ਪੁਲਿਸ ਦੇ ਵੱਲੋਂ ਵੀ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀਆਈਏ ਦੀ ਟੀਮ ਦੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਦੇ ਕੋਲੋਂ ਹੀਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੀਆਈਏ ਸਟਾਫ ਦੀ ਟੀਮ ਨੇ ਮੁਖਬਰੀ ਦੇ ਆਧਾਰ 'ਤੇ ਰਾਮਪੂਰਾ ਫੂਲ ਦੇ ਨੇੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 120 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਜਿਸ ਦੀ ਕੀਮਤ ਕਰੀਬ 5 ਤੋਂ 6 ਲੱਖ ਹੈ। ਦੇਸ ਮੁਤਲਕ ਇਨਚਾਰਜ ਇੰਸਪੈਕਟਰ ਪਰਲੋਚਨ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਪਛਾਣ ਬਲਵਿੰਦਰ ਸਿੰਘ ਅਤੇ ਜਗਸੀਰ ਸਿੰਘ ਦੇ ਬੱਚੋਂ ਹੋਈ ਹੈ ਤੇ ਉਹਨਾਂ ਦੇ ਖਿਲਾਫ 19 ਸੌਦਾ ਰਾਮਪੁਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਤੇ ਸੀਆਈਏ ਦੇ ਇਨਚਾਰਜ ਪਰਲੋਚਨ ਸਿੰਘ ਦਾ ਇਹ ਕਹਿਣਾ ਕਿ ਆਰੋਪੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹ ਵੀ ਪਤਾ ਕੀਤਾ ਜਾਵੇਗਾ ਇਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਕਿ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਸੀ ਤੇ ਕਦੋਂ ਤੋਂ ਇਹ ਨਸ਼ਾ ਤਖਸ਼ਰੀ ਕਰ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਹੋਰ ਕੌਣ-ਕੌਣ ਇਨਵੋਲਵ ਹੈ ਕਿਉਂਕਿ ਜੇਕਰ ਇਹ ਵਿਅਕਤੀਆਂ ਤੋਂ ਨਸ਼ਾ ਬਰਾਮਦ ਹੋਇਆ ਤਾਂ ਸੁਭਾਵੀ ਕਿਹਾ ਕਿ ਇਹ ਨਸ਼ਾ ਪਿੱਛੋਂ ਕਿਤੋਂ ਲੈ ਕੇ ਆਉਂਦੇ ਹੋਣਗੇ ਤੇ ਅੱਗੇ ਵੀ ਇਹਨਾਂ ਨੇ ਕਿਤੇ ਸਪਲਾਈ ਕਰਨਾ ਹੈ ਪੂਰੀ ਨਸ਼ੇ ਦੀ ਚੈਨ ਬਣੀ ਹੋਈ ਹੈ ਤਾਂ ਹੁਣ ਕੋਸ਼ਿਸ਼ ਪੁਲਿਸ ਦੀ ਇਹ ਹੈ ਕਿ ਇਹ ਚੈਨ ਨੂੰ ਤੋੜਿਆ ਜਾਵੇ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਇਹ ਹਜਾਦੀਨ ਬੀਤਦਾ ਹੋਵੇ ਜਦੋਂ ਨਸ਼ੇ ਦੀ ਓਵਰਡੋਜ਼ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਨਾ ਹੁੰਦੀ ਹੋਵੇ ਤਾਂ ਜੇਕਰ ਨਸ਼ੇ ਦੇ ਕਾਰਨ ਘੜ ਉੱਜੜ ਰਹੇ ਨੇ ਤਾਂ ਉਸ ਦੇ ਪਿੱਛੇ ਇਹੋ ਜਿਹੇ ਵਿਅਕਤੀ ਹੀ ਜ਼ਿੰਮੇਵਾਰ ਨੇ ਜਿਹੜੇ ਨਸ਼ਾ ਤਕਰੀਰ ਕਰਦੇ ਨੇ ਪੁਲਿਸ ਦੀ ਚੌਕਸੀ ਦੇ ਬਾਵਜੂਦ ਵੀ ਪੁਲਿਸ ਨੇ ਨਕੇਲ ਕਸੀ ਹੋਈ ਹੈ ਨਸ਼ਾ ਤਖਸ਼ਰਾ ਦੇ ਨਸ਼ੇ ਤੇ ਤੇ ਉਸ ਦੇ ਬਾਵਜੂਦ ਵੀ ਪੁਲਿਸ ਨੂੰ ਚੱਕਮਾ ਦੇ ਕੇ ਇਹੋ ਜਿਹੇ ਵਿਅਕਤੀ ਨਸ਼ਾ ਤਖਸ਼ਰੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਹੁਣ ਪੁਲਿਸ ਵੀ ਪਿੱਛੇ ਨਹੀਂ ਹੈ ਪੁਲਿਸ ਵੀ ਇਹੋ ਜਿਹੇ ਨਸ਼ਾ ਤਖਸ਼ਰਾ ਨੂੰ ਫੜਨ ਦੇ ਵਿੱਚ ਲੱਗੀ ਹੋਈ ਆ ਇਹਦੇ ਨਸ਼ਾ ਤਖਸ਼ਰ ਵੀ ਫੜੇ ਜਾਂਦੇ ਨੇ ਉਹਨਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਹੁੰਦਾ ਪਰ ਹਜੇ ਪੁਲਿਸ ਦੀ ਕੋਸ਼ਿਸ਼ ਜਾਰੀ ਹੈ ਨਸ਼ੇ ਦੀ ਜਿਹੜੀ ਇਹ ਚੈਨ ਹੈ ਤੋੜਨੀ ਬਹੁਤ ਜ਼ਰੂਰੀ ਹੈ ਫੇਰ ਪੰਜਾਬ ਦੁਬਾਰਤੋਂ ਰੰਗਲਾ ਪੰਜਾਬ ਬਣ ਸਕਦਾ ਫੇਰ ਪੰਜਾਬ ਸੋਨੇ ਦੀ ਜਿਹੜੀ ਖਵਾਂ ਦੇ लायक ਹੋਵੇਗਾ ਪਰ ਹਾਲ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਨਸ਼ੇ ਦਾ ਤੇ ਇਸ ਨਸ਼ੇ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ ਸੋ ਉਮੀਦ ਇਹ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਪੰਜਾਬ ਦੇ ਵਿੱਚ ਬਣੀ ਹੈ ਤੇ ਪੰਜਾਬ 'ਚ ਜੇਕਰ ਨਸ਼ਾ ਖਤਮ ਹੋ ਜਾਵੇ ਤਾਂ ਸੋਨੇ ਤੇ ਸੁਆਗਾ ਹੋ ਜਾਵੇਗਾ ਤੇ ਪੁਲਿਸ ਵੀ ਹੁਣ ਇਸੇ ਕੰਮ ਤੇ ਲੱਗੀ ਹੋਈ ਹੈ ਕਿ ਪੰਜਾਬ 'ਚ ਨਸ਼ਾ ਜੜੋਂ ਖਤਮ ਕਰ ਦਿੱਤਾ ਜਾਵੇ